ਇਹ ਕਿਹੜਾ ਆ? ਕਸ਼ਮੀਰ ਦਾ ਮੁਕਾਬਲਾ ਪੰਜਾਬ ਔਰ ਜਿੱਤੇ ਜੀ ਕਸ਼ਮੀਰ ਦੇ ਦੋ ਨੌਜਵਾਨ ਨਬੀਲ ਐਂਡ ਰਾਜਾ ਸਾਹਿਬ। ਹਾਂਜੀ, ਬਿਸਮਿਲ੍ਲਾਹ ਰਹਿਮਾਨ ਰਹੀਮ। ਅਸਲਾਮੁ ਅਲੈਕੁਮ ਨਾਜ਼ਰੀਨ, ਉਮੀਦ ਕਰਦੇ ਜੀ ਸਾਰੇ ਭੈਣ ਭਰਾ ਬਿਲਕੁਲ ਠੀਕ ਠਾਕ ਹੋਸਨ ਔਰ ਅੱਲਾਹ ਪਾਕ ਨੇ ਹਿਫਜ਼ੋ ਅਮਾਨ ਵਿੱਚ ਹੋਸਨ। ਭੈਣਾਂ ਤੋਂ ਭਰਾਓ ਮੌਜੂਦ ਹੈ ਜੀ ਇਸ ਟਾਈਮ ਆਸਮ ਮੁਲਤਾਨ ਹਾਲਾ ਔਰਾਂ ਨੇ ਕਾਰ ਰਾਤੀ ਸਿਹਤ ਹੋਈ ਜੀ ਸੀ ਜੀ ਮਾੜੀ ਸਾਰੀ ਖਰਾਬ, ਗਲੇ ਕੀ ਦਰਦ, ਪੇਟਾ ਕੀ ਦਰਦ, ਸਿਰਾ ਕੀ ਦਰਦ, ਜੈਸੇ ਮੁਲਤਾਨ ਪਹੁੰਚੇ ਨਾ ਬਸ ਸਿਹਤ ਖਰਾਬ ਹੋਈ ਗਈ ਸੀ। ਅਤੇ ਇਸ ਵਜ੍ਹਾ ਸੋਚਿਆ ਕੱਲ੍ਹ ਅੱਲਾਹ ਵਿਲਾਗਣ ਉਹ ਸ਼ਰਦੇਬ ਸ਼ੂਟ ਕੀਤਾ ਸਾ, ਕਿਉਂਕਿ ਰਾਜੇ ਸਾਹਿਬ ਨਾਲ ਕਿ ਅਸੀਂ ਫਿਰਨਾ ਸਾ ਸ਼ਹਿਰਾਂ ਵਿੱਚ ਜ਼ੂ ਵਿੱਚ ਗਏ ਸੀ ਔਰ ਉੱਥੇ ਫਿਰ ਰਾਜਾ ਸਾਹਿਬ ਔਰ ਸ਼ਰਦੇਬ ਸਾਹਿਬ ਨਾਲ ਵੀਡੀਓ ਸਾਰੀ ਬਣਾਈ ਸੀ। ਗਲੇ ਕੀ ਚਾਹੀਦਾ ਸਾ ਇਤਨਾ ਖਾਸ ਬੋਲਣ ਨਹੀਂ ਹੋਣਾ, ਫਿਰ ਵੀ ਕੋਸ਼ਿਸ਼ ਕਰਨਾ ਪਿਆ ਕਿ ਅੱਜ ਵਲੋਗ ਬਣਾਓ, ਕਿਉਂਕਿ ਅੱਜ ਲਈ ਵਲੋਗ ਵਿੱਚ ਦੱਸ ਰਿਹਾ ਜੀ ਅਸਾਂ ਇੱਥੇ ਦੀ ਜਿਹੜੀ ਮਸ਼ਹੂਰ ਚੀਜ਼ ਹੈ ਨਾ ਸੋਹਣ ਹਲਵਾ ਉਹ ਖਰਨਾ ਆ, ਔਰ ਉਸ ਤੋਂ ਬਾਅਦ ਅਸਾਂ ਮੁਲਤਾਨ ਕਿ ਬਾਏ ਬਾਏ ਕਰਸਾਂ ਔਰ ਜਾਸਾਂ ਜੀ ਮੀਆਂ ਚੱਲੂ, ਔਰ ਉਸ ਤੋਂ ਬਾਅਦ ਕਾਰ ਵੀ ਅੱਜ ਜਾਂ ਕੱਲ੍ਹ ਅਸਾਂ ਜਾਣਾ ਆ। ਸਭ ਤੋਂ ਪਹਿਲੇ ਜਿੰਨੇ ਜੀ ਨਾਸ਼ਤਾ ਕਰਦੇ ਹਾਂ, ਨਾਸ਼ਤਾ ਕਰੀ ਤਾਂ ਉਸ ਤੋਂ ਬਾਅਦ ਸਾਰੇ ਜਿਹੜੇ ਮਾਮਲਾ ਤੇ ਤੁਸੀਂ ਚੈੱਕ ਕਰਾਂਗੇ। ਸਲਾਮ ਅਲੈਕੁਮ ਜਨਾਬ, ਰਾਜਾ ਸਾਹਿਬ ਠੀਕ ਹੋ? ਸਹਿਸ਼ ਠੀਕ ਹੈ ਨਾ? ਨਾਸ਼ਤਾ ਕਰੋ, ਮਾੜੀ ਜ਼ਬਰਦਸਤ ਹੋਈ ਕੀ ਕਹੇ, ਥੋੜ੍ਹੀ ਅਜਾ ਗਲੇ ਕੀ ਦਰਦ ਆ ਲੇਕਿਨ ਠੀਕ ਆ। ਹਾਂ ਚਲੋ ਜੀ, ਨਾਸ਼ਤਾ ਆ ਗਿਆ ਜੀ, ਰਸਾਂ ਆਇਆ, ਮਾੜੀ ਫੇਵਰੇਟ ਚੀਜ਼ ਆਈ ਗਈ, ਦੱਸਾਂ ਨੀ ਕੇਕ, ਇੰਨਾ ਚੁੱਕੋ ਚੀਜ਼ ਨੇ ਮੈਂ ਖਾਣਾ। ਚਾਹ ਕਿੱਥੇ ਆ? ਨਾ ਨਾ ਮੈਂ ਨਾ ਖਾਣਾ, ਚਾਹ ਖਾਸਾਂ ਆ, ਚਾਹ ਖਾਸਾਂ ਨੀ, ਚਾਹ ਪੀਸਾਂ ਆ। ਹੋਰ ਰਾਤੀ ਬੜਾ ਵਲੌਗ ਬਣਾਇਆ ਤੁਸਾਂ ਜੀ, ਮੈਂ ਤੱਕਿਆ ਆ, ਐਡਿਟ ਕੀਤਾ ਆ ਛੋਰੋ ਬੁੱਢੀ ਨਾਲ ਗੱਲ ਕਰਨੇ ਹੋ ਟੁਰੋ ਜੁਲਾ ਕਾਰ। ਚਲੋ 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 ਰਾਜ ਸਾਹਿਬ, ਏ ਸੀ ਚ ਦਿਲ ਨੀ ਕਰਨਾ ਲੇਕਰ ਨੀ ਕਰਨਾ ਪੈਸੀ ਹੈ। ਨਾਸ਼ਤਾ ਕੀਤਾ ਨੇ? ਇਸ ਕਮਰੇ ਦੇ ਅੰਦਰ ਕਾਇਆ ਜੀ, ਸਭ ਤੋਂ ਪਹਿਲੇ ਤੁਸੀਂ ਕੀ ਅਗਰ ਚੈੱਕ ਕਰਾਉਣਾ ਤਾਂ ਇਹ ਜਿਹੜਾ ਨੀ ਇਹ ਗਰਾਊਂਡ ਆ, ਤਾਲੀਮੀ ਬੋਰਡ ਨੀ ਜਿਹੜਾ ਉਸ ਤਰ੍ਹਾਂ ਇਹ ਗਰਾਊਂਡ ਆ, ਔਰ ਤਾਲੀਮੀ ਬੋਰਡ ਉਹ ਪਾਰ ਆ ਜਿੱਥੇ ਸ਼ਾਹਜ਼ੇਬ ਨੇ ਅਬੂ ਕੰਮ ਕਰਨੇ 16 ਗ੍ਰੇਡ ਵਿੱਚ। ਬੜਾ ਬਿਜ਼ੀ ਸਿਟੀ ਹੈ ਜੀ, ਕੋਈ ਇਹ ਆਬਾਦੀ ਹੈ ਚੁੰਗੀ ਨੰਬਰ 9, ਔਰ ਇੱਥੇ ਵੀ ਸੋਲਰ ਆਈ ਗਿਆ ਆ। ਸ਼ਾਹਦੇਵ ਸਾਹਿਬ ਆਵਾਜ਼ ਅੱਛੀ ਨਹੀਂ ਪਈ ਆਸਾਂਗੀ ਪਰਿੰਦਿਆਂ ਨੇ, ਤੋਤੇ ਜੁੱਤੇ ਦਿਖਾਣੇ ਆਪ। ਚਲੋ ਖੋਲੋ, ਇੱਧਰ ਸ਼ਾਹਦੇਵ ਬਣਾਉਣਾ ਸੈਟਅਪ ਲਗਾ ਹੋ ਜੀ, ਜਿਮੇ ਲਾ, ਦੇਸੀ ਜੁਗਾੜ, ਦੇਸੀ ਜੁਗਾੜ ਚੱਕ ਕਰ ਰਾਜਾ, ਲੱਕੜੀ ਸਮਝ ਗਏ? ਓਏ ਥੋੜ੍ਹੀ ਰੋਲਾ ਪਾ, ਓਏ ਉਹ ਥੋੜ੍ਹਾ, ਓਏ ਥੋੜ੍ਹਾ, ਓਏ ਮਾਸ਼ਾਅੱਲਾ ਇਹ ਕਿਹੜਾ ਆ?
ਕਸ਼ਮੀਰੀ ਰਾਹ ਇਸ ਕਿਤੇ ਫਿਰ ਕਸ਼ਮੀਰ ਜਾਣਾ ਚਾਹੀਦਾ। ਓਏ ਬੁੰਗ ਰੋਲਾ ਬਣੇ ਓਏ ਓ ਮਾਸ਼ਾਅੱਲਾ ਮਾਸ਼ਾਅੱਲਾ ਇਹ ਤਕੋਣਾ ਸਭ ਤਾਂ ਸਾਰੇ ਕੀ ਕੀਆਂ ਨਾ ਭੇਜਣੇ ਸਾਰੇ ਕੀ ਭੇਜਿਆ ਕਰੋ ਉਹਨਾਂ ਨਾਲ ਜਿਹਨੂੰ ਇਹ ਦੋ ਤਰ੍ਹਾਂ ਮੀ ਦੇ ਸੋ ਚਾਰ ਡਨ ਹੋ ਗਿਆ ਇਹ ਵਾਅਦਾ ਕਰਨੇ ਪਏ ਇੱਧਰ 25 ਕਿਲੋ ਔਨਲਾਈਨ ਠੀਕ ਹੈ ਇਹ ਕਿਰਾਇਆ ਇਹ ਵੀ ਕਸ਼ਮੀਰੀ ਰਾਹ ਮਾਸ਼ਾਅੱਲਾ ਮਾਸ਼ਾਅੱਲਾ ਉਹ ਵੀ ਤੋਤਾ ਆ ਕੱਠ ਆ ਥੋੜੇ ਕੱਟ ਨਹੀਂ ਕਰੀ ਹੋ ਰਹੇ ਨੇ ਨਾ ਨਾ ਥੋੜੇ ਕੱਟ ਕੁਝ ਚੀਜ਼ਾਂ ਕਾਟੀਆਂ ਕੱਟ ਹੈ ਨਾ ਕਿਉਂਕਿ ਲਾਸਟ ਟਾਈਮ ਮੈਂ ਸਾਨੂੰ ਇੱਥੇ ਚੱਕਿਆ ਸਾਇਆ ਰੋਲਾ ਬਣੇ ਪਏ ਰਾਜਾ ਸਾਹਿਬ ਤੱਕਿਆ ਨੇ ਫਿਰ ਕੈਸਾ ਲਗਾ ਅੱਛਾ 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 ਤੁਸੀਂ ਕੀ ਦੱਸਣੇ ਆ ਅੱਗੇ ਤਾਂ ਰੋਲਾ ਇਤਨਾ ਜ਼ਿਆਦਾ ਪਾਇਆ ਉਸ ਨੇ ਉਹ ਤੋਤੇ ਉਹ ਤੋ ਇੱਧਰ ਤੱਕੋ ਇੱਧਰ ਇੱਧਰ ਤੱਕੋ ਹਾਲੀ ਇਹ ਚੱਕਰ ਹੁਣ ਡਰਾਉਣਾ ਨਹੀਂ ਆਪ ਉਹ ਡਰਨੇ ਤੋਤਾ ਉੱਧਰ ਜਾਣਾ ਪਿਆ ਰਾਜੇ ਪਰ ਜਾ ਕੇ ਆ ਗਿਆ ਨੇ ਜੀ ਆ ਗਿਆ ਜੀ ਓਏ ਹੋਏ ਹੋਏ ਬੂੰਗ ਰੋਲਾ ਬਣੇ ਜੀ ਔਰ ਗਰਮੀ ਬੂੰਗ ਜ਼ਿਆਦਾ ਹੀ ਹੈ ਜੁਲੇ ਹੈ ਜੀ ਅਸੀਂ ਨੀਚੇ ਔਰ ਆਪਣਾ ਸਮਾਨ ਚਾਹੁੰਦੇ ਸਮਾਨ ਕਿਆ ਚਾਰ ਚੁਰ ਦੋ ਚਾਸ ਆਇਆ ਬਾਕੀ ਸਾਰਾ ਕੁਝ ਉੱਥੇ ਪੰਜਾਬ ਮਾਮੂ ਰਾਣੇ ਘਰ ਔਰ ਉਸ ਤੋਂ ਬਾਅਦ ਕਿੰਨੇ ਜੀ ਸੋਹਣ ਅਲਵਾ ਔਰ ਉਸ ਤੋਂ ਬਾਅਦ ਲਿਖਣੇ ਜੀ ਪੰਜਾਬ ਵਾਲੀ ਸਾਈਡ ਮੁਲਤਾਨ ਕੀ ਬਾਏ ਬਾਏ ਕਰ ਸਾਇਆ ਇੱਕ ਗੱਡੀ ਕਹਿੰਦਾ ਜੀ ਔਰ ਜੁਲੇ ਹੈ ਸੋਹਣ ਅਲਵਾ ਕਿੰਨੇ ਵਾਸਤੇ ਕਿਉਂਕਿ ਗੱਡੀ ਉੱਧਰ ਰਸਤਾ ਹੋਣੀ ਆ ਖਰਾਬ ਹੋਇਆ ਉਹਦਾ ਇੱਥੋਂ ਜਦੋਂ ਪਹਿਲੇ ਸੋਹਣ ਅਲਵਾਨ ਸਾਇਆ ਫਿਰ ਉਸਨੇ ਬਾਅਦ ਗੱਡੀ ਪਰ ਬੈਸ ਆਇਆ ਚਲੋ ਮੋਟਰਸਾਈਕਲ ਗੱਡੀ ਕਹਿੰਦਾ ਅਹਿਮਦ ਸਵੀਟਸ ਬੇਕਰ ਅਦੇਬ ਸਾਹਿਬ ਲਫਜ਼ੋ ਕਿਤਨੇ ਕਿਲੋ ਹੋ ਗਿਆ ਤਕਰੀਬਨ 6.5 ਕਿਲੋ 6.5 ਕਿਲੋ ਇਹ ਹੁਣ ਗਰਮੀ ਚ ਖਾਸੀ ਕੌਣ ਹੈ ਇਹ ਜੀ ਹੁਣ ਦੇਖੋ ਕੌਣ ਖਾਸੀ ਚਲੋ ਜੀ ਮੀਆਂ ਵਾਲੀ ਹੋਟਲ ਬੱਚੇ ਕੋਣ ਆ ਸਪੈਸ਼ਲ ਇਸ ਕੀ ਕਹਿੰਦੇ ਪਲਾਓ ਕੱਟਾ ਪਲਾਓ ਮਟਨ ਪਲਾਓ ਨਹੀਂ ਆ ਸਕਦੇ ਕੱਟਾ ਕਰੋ ਬੀਫ ਪਲਾਓ ਖਾਣੇ ਆ ਜੀ ਰਾਜ ਸਾਹਿਬ ਮਜ਼ੇ ਨਾ ਮਜ਼ੇ ਪਾਪਾ ਚੱਕ ਸਨ ਨਾਈਸ ਕਰਾਚੀ ਬਿਰਿਆਨੀ ਪਹੁੰਚਣਾ ਕਰਾਚੀ ਬਿਰਿਆਨੀ ਕੀ ਪਹੁੰਚਣਾ ਓਕੇ ਏ ਫਿਊ ਮੋਮੈਂਟਸ ਲੇਟਰ I love Mia Chanu. ਜਿਹਦਾ ਬਣੋ ਫਾਈਨਲੀ ਅਸਾਂ ਆਈ ਗਏ ਜੀ ਇਕਬਾਲ ਨਗਰ ਮੁਲਤਾਨ ਤੋਂ ਸਿੱਧੇ ਡਾਇਰੈਕਟ ਔਰ ਪਹਿਲੇ ਮਾਮੂ ਰਾਜਾ ਘਰਾਂ ਗਏ ਸੀ ਫਿਰ ਨਾਨੀ ਘਰਾਂ ਘਰ ਗਏ ਸੀ ਮਿਲੇ ਹਾਂ ਉਹਨਾਂ ਕੀ ਕਿਉਂਕਿ ਅਸਾਂ ਸੁਬਹ ਸੁਬਹ ਨਿਕਲਣਾ ਹੈ ਵਾਪਸ ਕਸ਼ਮੀਰ ਵਾਲੀ ਸਾਈਡ ਤਕਰੀਬਨ 5-6 ਵਜੇ ਜਾਂ 7 ਹੋਈ ਜਾਂ ਸਨਿਆ ਅਸਾਂ ਐਸੇ ਵਜੇ ਸੁਬਹ ਮਿਲੀ ਕਿੰਨੇ ਆ ਮਾਮੂ
ਮੁਲਤਾਨ ਤੋਂ ਆਂਦਾ ਸੀ ਸੋਨ ਅਲਵਾ ਤੇ ਇਥੋਂ ਫਿਰ ਤੁਸੀਂ ਪਤਾ ਹੈ ਨਾ ਕਿਆ ਕਰਨੀ ਕਿੰਨਾ ਆ ਨਹੀਂ ਚਲੋ ਕਿ ਬਰਫੀ ਤੇ ਬਸ ਜਲਦੀ ਚਲੀ ਜਾ 4 ਵਜੇ ਟਾਈਮ ਸ਼ੁਰੂ ਹੋਣਾ 6 ਵਜੇ ਖਤਮ ਹੋਣਾ 4 ਵਜੇ 10 ਮਿੰਟ ਫਿਰ ਸ਼ੁਰੂ ਹੋਈ ਗਿਆ ਟਾਈਮ ਚਲੋ ਫਿਰ ਨਿਕਲੋ ਆਪਾਂ ਪੌਰ ਆਈ ਗਏ ਮਿਲਨੇ ਗਏ ਸਿਆਣਾ ਵੇਟ ਕਰ ਅੱਛੇ ਨੇ ਚਲੋ ਫਿਰ ਜੁਲਨੇ ਜੀ ਆਸਾਂ ਮੀਆਂ ਚੰਨੂ ਤੋਂ ਕਿੰਨੇ ਬਰਫੀ ਕਿਉਂਕਿ ਥੋੜੀ ਬਰਫੀ ਵੀ ਚਾਹੀਦੀ ਹੈ ਤੇ ਫਿਰ ਉਸ ਤੋਂ ਬਾਅਦ ਕਾਰ ਚੋਂ ਸਾਂ ਖੁਸ਼ੀ ਕੀ ਬਰਫੀ ਖੁਸ਼ੀ ਕੀ ਬਰਫੀ ਪਾਪਾ ਇਹ ਪੰਪ ਪਛਣਾ ਪਿਆ ਆ ਆ ਤਾਂ ਬਲਕਿ ਆ ਹੀ ਗਿਆ ਪੈਟਰੋਲ ਇਥੇ ਭੋਇਆ ਕਰੋ ਆਪਣੇ ਪੰਪਾਂ ਪਰੋਂ ਬਸ ਠੀਕ ਹੈ ਇਹ ਵੀ ਸਹੀ ਪਾਇਆ ਨੇ ਸਾਰੀਆਂ ਚੀਜ਼ਾਂ ਤੁਸੀਂ ਦੱਸੀ ਹੋਣੀਆਂ ਆਪਣੀਆਂ ਜਿਹੜੀਆਂ ਦੱਸੀਆਂ ਉਹ ਬਾਬਾ ਉਹਦੇ ਨਾਣਾ ਦੇ ਬਾਰੇ ਨਾਣਾ ਹੀ ਲੱਗਣੇ ਉਹਨਾਂ ਨੇ ਮੁੜੀ ਫਿਰ ਚੀਜ਼ਾਂ ਸਾਰੀਆਂ ਤੱਕੀ ਕਹਿੰਦੀਆਂ ਨੇ ਇਹਨਾਂ ਜਿਹੜੀਆਂ ਅਸੀਂ ਕੋਈ ਹੋਰ ਕੋਈ ਬਸ ਸੁਬਹ ਹੁਣ ਵਾਪਸ ਵੀ ਜਾਂਦਾ ਇਹ ਸਾਰਾ ਰਸ਼ ਲਗਾ ਉਹਨੇ ਜੀ ਬਰਫੀ ਕਿੰਨੇ ਵਾਸਤੇ ਸਪੈਸ਼ਲ ਕਿਉਂਕਿ ਇਹ 10 ਵਜੇ ਸੁਬਹ ਓਪਨ ਹੋਣੀ ਤੇ 2 ਘੰਟੇ 10 ਤੋਂ 12 ਫਿਰ ਮੁੜੀ 4 ਤੋਂ 6 ਹੁਣ ਅਸੀਂ 4 ਵਜੇ ਆਏ ਗੱਡੀ ਉਹ ਪਾਰਕ ਲੈ ਕੇ ਨਹੀਂ ਰਸ਼ ਚੱਕਰ ਹੋਇਆ ਇਹ ਮੇਨ ਚੌਕ ਆ ਇੱਧਰ ਆਵਾਮ ਕਰਦੀ ਹੈ ਬਰਫੀ ਕਿੰਨੇ ਵਾਸਤੇ ਸਾਰੇ ਜਣ ਵੀ ਅੱਗੇ ਖਲਤੇ ਵੇ 1 2 3 4 5 6 7 7 ਡੱਬੇ ਹੋਈ ਗਏ ਜੀ ਸਾਰੇ ਖੈਰ ਆ ਕਿੱਧਰ ਕਿੱਧਰ ਭੇਜੋ ਕੁਝ ਇੰਗਲੈਂਡ ਜਾ ਸਕਦਾ ਕੁਝ ਇੱਥੇ ਨੇ ਜਿਹੜੀ ਸੋਨ ਵਾਸਾ ਉਹ ਸਾਰਾ ਇੰਗਲੈਂਡ ਜਾ ਸੀ ਇਹ ਕੁਝ ਇੱਥੇ ਹੀ ਖਾ ਸਕਦਾ ਰੱਖੋ ਰੱਖੋ ਕਿੰਨਾ ਰਸ਼ ਵੇ ਕਿੰਨਾ ਟਿਕਟ ਕਾਫੀ ਜ਼ਿਆਦਾ ਰਸ਼ ਹੋ ਤਾਂ ਕੋਣ ਐਦਾ ਸਕੂਲ ਜਾਂਦੀ ਘਰ ਮੇ ਆਟਾ ਵੀ 5 hours later ਨਬੀਲ ਐਂਡ ਰਾਜਾ ਸਾਹਿਬ ਬਹੁਤ ਰਾਜਾ ਸਾਹਿਬ ਬਿਲਕੁਲ ਜਨਾਬ ਡੰਕੇ ਨੇ ਚੋਟ ਪਰ ਸੰਜਿਤ ਗਿਆ ਇਸ ਵਜ੍ਹਾ ਤੋਂ ਕੋਈ ਵੀਡੀਓ ਨਹੀਂ ਬਣਾਈ ਸਕਿਆ ਜੈਸੇ ਅਸਾਂ ਘਰ ਆਏ ਆ ਤਾਂ ਸ਼ੁਗਰ ਮੇਲਾ ਲਈ ਪਿਆ ਸਾਰੇ ਦੋਸਤ ਆਈ ਗਏ ਖਾਣਾ ਸ਼ਾਣਾ ਖਾਦਾ ਆ ਤੇ ਮੈਚ ਹੋਇਆ ਬੜਾ ਸਖਤ ਲੁੱਡੋ ਉਹਨਾਂ ਦਾ ਅਸਾਂ ਜੁੱਤੀ ਗਿਆ ਹੁਣ ਫਿਰ ਕੋਈ ਹੋਇਆ ਇਹ ਹੁਣ ਖੇਡਨੇ ਪਿਆ ਉਸ ਲਾਸਨ ਦੀ ਸੱਚੇ ਰੇਸੀ ਬੋਡਾ ਪਰ ਤਾਂ ਉਹਨੇ ਫੋਨਾ ਪਰ ਕਹਿੰਦੇ ਪਏ ਆ ਉਧਰ ਆਸਮ ਆੜੀ ਗਏ ਸੀ ਆ ਇਹ ਬਾਈ ਹੋਣਾ ਤੁਸੀਂ ਪਹਿਲੇ ਤੇ ਟਾਈਮ ਹੋਣਾ ਪਿਆ ਭੈਣ ਭਰਾ ਹੁਣ 11 ਵਜੇ ਤਾਂ 19 ਮਿੰਟ ਤੇ ਜੁੜੇ ਹੁਣ ਸੇਨੇ ਵਾਸਤੇ ਸੇਸਾਂ ਤੇ ਸੁਬਹ ਉਸਾਂ ਦਾ ਕੀ ਸੁਬਹ ਸੁਬਹ ਆਸਾਂ ਜਾਣਾ ਹੈ ਜੀ ਵਾਪਸ ਕਸ਼ਮੀਰ ਵਾਲੀ ਸਾਈਡ ਅੱਜ ਜਿਹੜਾ ਮੈਨ ਕੰਮ ਸਾਇਆ ਲਵੇ ਵਾਲਾ ਉਹ ਚ ਕਿੰਦਾ ਆ ਇਨਸ਼ਾਅੱਲਾ ਕੱਲ ਜੁਲਨੇ ਆ ਤੁਸੀਂ ਦੱਸਾਂ ਕਿ ਅਲਵੇ ਕੁਸਰੇ ਕੁਸਰੇ ਕੱਲ ਵਾਲੀ ਵੀਡੀਓ ਦੀ ਸ਼ਾਹ ਤੁਸੀਂ ਪਤਾ ਲਈ ਜਾ ਸੋ ਦਿਓ ਜਦ ਅੱਲਾ ਸੋਹਣੇ ਨੇ ਵਾਲਾ ਕੱਲ ਇਨਸ਼ਾਅੱਲਾ ਤੁਸੀਂ ਕਿ ਕਸ਼ਮੀਰ ਜੇ ਦੇ ਮਿਲਸਾਂ